Hey guys, welcome back to my new reaction video. So, आज अपन रिएक्शन करने वाले हैं भाई कर्नोला भाई लाइव आया है कि कितने सो अपन लाइव दी लाइव ना चेक कर रहे हैं कर्नोला फैंस प्लीज वीडियो लाइक कर देना चैनल सब्सक्राइब कर देना सो अपन चेक कर दे हम बिना किसी दो 1 2 3 स्टार्ट लवर बॉय कर्न आए वेरी गुड कर्न तो साडा लवर बॉय है अपन हैप्पी बर्थडे गल दसदी जे असी यारी वाले गाने इट्स ध्रुव कह रहा सी लव यू ब्रो प्लीज टेक माय नेम यार ध्रुव डार्लिंग ला दस यार तू इतने प्यार ना किया था कोई चक्कर नहीं ਦੇ ਭਾਈ ਕਰਨਾ ਜਾਂ ਪੂਰੇ ਫੀਲ ਚ ਹੈ ਹਨਾ ਤੁਹਾਡੇ ਲਈ ਗਾਣਾ ਲਿਖਿਆ ਸੌਰੀ ਯਾਰ ਖੋ ਗਿਆ ਵੀਰੇ ਯਾਰ ਮੈਨੂੰ ਪਤਾ ਤੁਸੀਂ ਸਾਰੇ ਜਿੰਨੇ ਆ ਮੇਰੇ ਭਰਾ ਰਾਈਟਰ ਨੇ ਵੀ ਤੁਹਾਨੂੰ ਆਏ ਹੁੰਦਾ ਵੀ ਤੁਸੀਂ ਦੱਸੋ ਮੈਂ ਲਿਖਿਆ ਮੈਨੂੰ ਭੇਜਦੇ ਵੀ ਰਹਿੰਦੇ ਆ ਕਈ ਪਰ ਚੱਕਰ ਇਹ ਆ ਡਾਰਲਿੰਗ ਵੀ ਯਾਰ ਮੈਂ ਤਾਂ ਆਪ ਲਿਖਦਾ ਵੀਰੇ ਹਨਾ ਸੋ ਤੁਸੀਂ ਆਪ ਹੀ ਮਾੜਾ ਜਿਹਾ ਮਾਰੋ ਜ਼ੋਰ ਸਹੀ ਗੱਲ ਤੰਗ ਵੀ ਨਹੀਂ ਹੋਣਾ ਯਾਰ ਮੇਰਾ ਵੀਰ ਕਈ ਰਹੀ ਨਾ ਬੰਦੇ ਪਤਾ ਕੀ ਹੁੰਦਾ ਵੀਰੇ ਮੈਨੂੰ ਬਹੁਤ ਮੈਸੇਜ ਆਉਂਦੇ ਆ ਵੀ ਯਾਰ ਬਾਈ ਕੀ ਕਰੀਏ ਸਾਡੇ ਗਾਣਾ ਕਢਾ ਦਿਓ ਨਾ ਇਹ ਚੱਕਰ ਐ ਵੀ ਯਾਰ ਹੁਣ ਆਪਾਂ ਵੀ ਕੌਣ ਆ ਕਢਾਉਣ ਵਾਲੇ ਬਿਲਕੁਲ ਬਿਲਕੁਲ ਆਪ ਮਿਹਨਤ ਮਾਰਨੀ ਪੈਣੀ ਆ ਬਾਬਾ ਜੀ ਇਦਾਂ ਕਈ ਰਹੀ ਸਬੱਬ ਬਣ ਜਾਂਦਾ ਬੰਦਾ ਕਿਤੇ ਮਿਲ ਗਿਆ ਇੱਥੇ ਕੋਈ ਮਿਲਿਆ ਬੰਦਾ ਉਹ ਆਪਾਂ ਨੂੰ ਵਧੀਆ ਲੱਗੇ ਆਪਾਂ ਹੈਲਪ ਕਰ ਸਕਦੇ ਹਾਂ ਸਹੀ ਗੱਲ ਆ ਤੁਹਾਨੂੰ ਵੀ ਪਹਿਲਾਂ ਕੀਤੀ ਆ ਹਨਾ ਇਹ ਵਿੱਕੀ ਵਰਗੇ ਹੋ ਗਏ ਹਨਾ ਵੀ ਚੱਲ ਕੋਈ ਚੱਕਰ ਨਹੀਂ ਯਾਰ ਵੀ ਮਿਲਿਆ ਸੀ ਭਰਾ ਸੀਗਾ ਆਪਾਂ ਜਿੰਨਾ ਸਾਰ ਰਹੀ ਹੈਗੀ ਨਹੀਂ ਹੈਗੀ ਯਾਰ ਹੁਣ ਫੱਕੇ ਹਨਾ ਚਲੋ ਜੋ ਵੀ ਪਰ ਐਂ ਹੁੰਦਾ ਵੀ ਯਾਰ ਤੁਸੀਂ ਆਪ ਹੀ ਵੀਰੇ ਜ਼ੋਰ ਮਾਰ ਸਕਦੇ ਹੋ ਐਡੇ ਵਧੀਆ ਪਲੈਟਫਾਰਮ ਨੇ ਤੁਹਾਨੂੰ ਮੇਨ ਮੇਨ ਚੀਜ਼ਾਂ ਦੱਸਦਾ ਗਾਣੇ ਤੁਹਾਨੂੰ ਲਿਖਣੇ ਆਉਂਦੇ ਆ ਜੇ ਬਣਾਉਣ ਵਾਲਾ ਕੋਈ ਬੰਦਾ ਲੱਭੋ ਪਹਿਲਾਂ ਤਾਂ ਪੈਸੇ ਨਾ ਖਰਚੋ ਕੋਈ ਐਂ ਨਹੀਂ ਹੈਗਾ ਵੀ ਬਾਈ 50,000 ਦਾ ਮਿਊਜ਼ਿਕ ਲੈਣਾ ਕੋਈ ਲੱਭ ਲੁੱਭ ਕੇ ਮੇਰੇ ਵਰਗਾ ਨਾ ਕਿਤੋਂ ਇੱਧਰੋਂ ਉੱਧਰੋਂ ਜਿਹਨੂੰ ਬਾਈ ਨੂੰ ਸ਼ੌਂਕ ਹੈ ਟੀਮ ਬਣਾਓ ਪਹਿਲੀ ਗੱਲ ਤਾਂ ਉਹਦੇ ਨਾਲ ਗਾਣੇ ਰਿਕਾਰਡ ਕਰੋ ਉਹ ਤੋਂ ਬਾਅਦ ਬਾਈ ਪਲੈਟਫਾਰਮ ਹੈਗੇ ਨੇ ਇੰਨੇ ਯੂਟਿਊਬ ਹੈਗਾ ਆਪਣੇ ਚੈਨਲ ਬਣਾ ਕੇ ਆਪ ਛੱਡੋ ਕਿਸੇ ਕੰਪਨੀ ਪਿੱਛੇ ਜਾਣ ਦੀ ਲੋੜ ਹੀ ਨਹੀਂ ਹੈਗੀ ਸਿੱਧੀ ਐਡਵਾਈਸ ਸਿੱਧਾ ਹੋਇਆ ਵੀਰੇ ਜੇ ਤੁਹਾਡੇ 'ਚ ਟੈਲੈਂਟ ਆ ਨਾ ਤੁਹਾਨੂੰ ਕੋਈ ਚੀਜ਼ ਨਹੀਂ ਹੈਗੀ ਜਿਹੜੀ ਰੋਕ ਦੂਗੀ ਚੱਲਣਾ ਹੀ ਚੱਲਣਾ ਤੁਸੀਂ ਮੰਨ ਲਓ ਵੀ ਕੋਈ ਚੱਕਰ ਹੀ ਨਹੀਂ ਹੈਗਾ ਕਦੇ ਦਾ ਟਾਈਮ ਆਊਗਾ ਪਰ ਬਾਈ ਜੇ ਨਹੀਂ ਹੈਗਾ ਤਾਂ ਤੁਹਾਨੂੰ ਆਪ ਨੂੰ ਹੀ ਪਤਾ ਲੱਗ ਜਾਣਾ ਜੇ ਬੰਦੇ ਨੂੰ ਆਪ ਪਤਾ ਲੱਗ ਜਾਵੇ ਤਾਂ ਆਪਣਾ ਟਾਈਮ ਨਾਲ ਕਰੇ ਬਹੁਤ ਟਾਈਮ ਗੁਜ਼ਾਰਿਆ ਸਰਦੂਲ ਜੀ ਨਾਲ ਹਨਾ ਵੀ ਮਾਤਾ ਜੀ ਨਾਲ ਵੀ ਅਮਰਨੂਰੀ ਜੀ ਨਾਲ ਹਨਾ ਵੀ ਤੁਸੀਂ ਵੀ ਲਿਟਰਲੀ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਜਦੋਂ ਮੈਂ ਆਹ ਨਾਮ ਲੈਣਾ ਮੈਨੂੰ ਹਨਾ ਵੀ ਉਹਨਾਂ ਦਾ ਮੁੰਡਾ ਵਾ ਓਹੋ ਕੀ ਬਾਤ ਆ ਬਾਈ ਜੀ ਕੀ ਬਾਤ ਆ ਸਰਦੂਲ ਜੀ ਨੇ ਕਦੇ ਤੁਹਾਨੂੰ ਕਿਹਾ ਹੋਵੇ ਕੁਛ ਵੀ ਕੁਛ ਸਾਂਝਾ ਕਰਨਾ ਚਾਹੋਗੇ ਵੀ ਜਾਂ ਕੋਈ ਮੂਮੈਂਟ ਤਾਂ ਇੱਧਰ ਨੇੜੇ ਆ ਗਿਆ ਮੂਮੈਂਟ ਤਾਂ ਐਸੇ ਐਸੇ ਨੇ ਕਿ ਜਿਹਦੇ ਵਿੱਚ ਆਈ ਗੈਸ ਹਰੇਕ ਲੈਸਨ ਉਹਨਾਂ ਦੇ ਹਰੇਕ ਬੋਲਣ 'ਚ ਕੋਈ ਨਾ ਕੋਈ ਲੈਸਨ ਹੁੰਦਾ ਸੀਗਾ ਵੱਡੇ ਬੰਦੇ ਆ ਵੱਡੀਆਂ ਗੱਲਾਂ ਵੱਡੀ ਦੁਨੀਆ ਸੀ ਉਹਨਾਂ ਦੀ ਰਾਈਟ ਆਈ ਆਲਵੇਸ ਸੇ ਦੈਟ ਨੋਟ ਬਿਕੋਜ਼ ਹੀ ਵਾਜ਼ ਮਾਈ ਫਾਦਰ ਬਟ ਜਸਟ ਬਿਕੋਜ਼ ਉਹ ਇੱਕ ਬਹੁਤ ਵੱਡੇ ਉਸਤਾਦ ਵੀ ਸੀ ਆਰਟਿਸਟ ਵੀ ਸੀ ਉਹਨਾਂ ਨੇ ਜਦੋਂ ਵੀ ਗੱਲ ਕਰਨੀ ਆ ਜਦੋਂ ਐਸਾ ਬੰਦਾ ਕੋਈ ਮੂੰਹ 'ਚੋਂ ਗੱਲ ਕਰਦਾ ਉਹ ਗੱਲ 'ਚੋਂ ਹੀ ਹਜ਼ਾਰ ਲੈਸਨ ਨਿਕਲੇ ਹੁੰਦੇ ਆ ਪਰ ਭਾਅ ਜੀ ਜੈਨੂਇਨਲੀ ਟੈਲਿੰਗ ਯੂ ਦੇਰ ਇਜ਼ ਅ ਵੈਰੀ ਪਰਟੀਕੁਲਰ ਮਹਿਫਿਲ ਮੈਂ ਬਹੁਤ ਜਲਦੀ ਉਹ ਸ਼ੇਅਰ ਵੀ ਕਰਨੀ ਆ ਸਾਰੇ ਨਾਲ ਥੋੜ੍ਹੀ ਜਿਹੀ ਇੱਕ ਸੈਡ ਮੂਮੈਂਟ ਸੀਗੀ ਸਾਡੇ ਵਾਸਤੇ ਉਹ ਮਾਈ ਤਾਇਆ ਜੀ ਹੈਜ਼ ਜਸਟ ਪਾਸਡ ਅਵੇ ਐਂਡ ਉਸ ਤੋਂ ਬਾਅਦ ਥੋੜ੍ਹਾ ਜਿਹਾ ਗਮਗੀਨ ਮਾਹੌਲ ਸੀਗਾ ਬਟ ਦੈਨ ਡੈਡ ਵਾਜ਼ ਰਿਮੈਂਬਰਿੰਗ ਹਿਮ ਉਹਨਾਂ ਨੇ ਸਾਨੂੰ ਉਹ ਗੱਲਾਂ ਦੱਸੀਆਂ ਕਿ ਅਸੀਂ ਕਿਵੇਂ ਸਟਰਗਲ ਕੀਤਾ ਸਟਾਰਟਿੰਗ ਦੇ ਵਿੱਚ ਕਿਵੇਂ ਉਹਨਾਂ ਨੇ ਮੇਰੀ ਆਡੀਸ਼ਨ 'ਚ ਹੈਲਪ ਕੀਤੀ ਕਿਵੇਂ ਮੈਂ ਜਾ ਕੇ ਸਫ਼ਰ ਕਰਦਾ ਸੀ ਮੈਨੂੰ ਉਹ ਮੂਮੈਂਟ ਨਹੀਂ ਬੋਲਦਾ ਬਰੋ ਜਦੋਂ ਉਹਨਾਂ ਨੇ ਬਾਜਾ ਲੈ ਕੇ ਉਹ ਮਹਿਫਿਲ ਲਾਈ ਉਦੋਂ ਉਸੇ ਮਹਿਫਿਲ ਦੇ ਵਿੱਚ ਦ ਗ੍ਰੇਟ ਹੰਸਰਾਜ ਹੰਸ ਜੀ ਵੀ ਉੱਥੇ ਸੀਗੇ ਐਂਡ ਜਦੋਂ ਇਹਨਾਂ ਦੋਨਾਂ ਨੂੰ ਮੈਂ ਇਕੱਠੇ ਦੇਖਿਆ ਉਹ ਸਾਰੀਆਂ ਪੁਰਾਣੀਆਂ ਗੱਲਾਂ ਦੇਖੀਆਂ ਆਪਸ 'ਚ ਸ਼ੇਅਰ ਕਰਦੇ ਨੂੰ ਦੈਨ ਉਹਨਾਂ ਨੇ ਕਿਹਾ ਕਹਿੰਦੇ ਬੇਟੇ ਜਿੱਥੋਂ ਅਸੀਂ ਤੁਰੇ ਹਾਂ ਨਾ ਮਤਲਬ ਟਰੱਸਟ ਮੀ ਲਾਈਫ ਪਰਮਾਤਮਾ ਨੇ ਆਉਣ ਵਾਲੇ ਆਰਟਿਸਟਾਂ ਵਾਸਤੇ ਬਹੁਤ ਸੌਖੀ ਕਰਤੀ ਆ ਹੁਣ ਤੁਹਾਨੂੰ ਕਿਸੇ ਦੇ ਹਾੜੇ ਕੱਢਣ ਦੀ ਲੋੜ ਨਹੀਂ ਤੁਹਾਡੀ ਸਟ੍ਰੀਮ ਤੁਹਾਡੇ ਆਪਣੇ ਹਿੱਸੇ 'ਤੇ ਚੱਲਦਾ ਸਾਡੇ ਟਾਈਮ 'ਤੇ ਪਤਾ ਨਹੀਂ ਕਿਹਦੀਆਂ ਕਿਹਦੀਆਂ ਮਿਹਨਤਾਂ ਕਰਨੀਆਂ ਪੈਂਦੀਆਂ ਸੀ ਕੋਈ ਮੰਨਦਾ ਨਹੀਂ ਸੀ ਕੋਈ ਪ੍ਰੋਡਿਊਸਰ ਪੈਸਾ ਨਹੀਂ ਸੀ ਲਾਉਂਦਾ ਹੁਣ ਤਾਂ ਸੌਖਾ ਬਹੁਤ ਹੋ ਗਿਆ ਸੋ ਆਈ ਗੈਸ ਉਹਨਾਂ ਦਾ ਵਿਜ਼ਡਮ ਜਿਹੜਾ ਭਾਅ ਜੀ ਉਹ ਹਾਰਡ ਵੀ ਉਨਾ ਹੀ ਸੀਗਾ ਉਹਨਾਂ ਟਾਈਮ ਵੀ ਉਨਾ ਔਖਾ ਸੀਗਾ ਐਂਡ ਅੱਜ ਦੇ ਟਾਈਮ 'ਤੇ ਹੁਣ ਜਿੰਨੇ ਵੀ ਲੋਕ ਕਹਿ ਰਹੇ ਆ ਵੀ ਅਸੀਂ ਗਾਣੇ ਲਿਖੇ ਆ ਬਾਈ ਬਾਈ ਗਾਓ ਤੁਸੀਂ ਕੋਸ਼ਿਸ਼ ਕਰੋ ਜੇ ਤੁਹਾਨੂੰ ਲੱਗਦਾ ਵੀ ਤੁਸੀਂ ਗਾ ਸਕਦੇ ਹੋ ਵੀ ਇਨਕਰੇਜ ਮਿਊਜ਼ਿਕ ਅਸੀਂ ਕਦੇ ਨਹੀਂ ਕਹਿੰਦੇ ਤੁਸੀਂ ਨਾ ਗਾਓ ਤੁਸੀਂ ਛੱਡ ਦਿਉ ਤੁਸੀਂ ਰਹਿਣ ਦਿਉ ਐਵਰੀਬਡੀ ਹੂ ਡਜ਼ ਮਿਊਜ਼ਿਕ ਅਸੀਂ ਇਨਕਰੇਜ ਕਰਦੇ ਹਾਂ ਤੁਸੀਂ ਕਰੋ ਸੋ ਇਟਸ ਵੇ ਈਜ਼ੀਅਰ ਨਾਊਡੇਜ਼ ਹਾਂਜੀ ਤੇ ਤੁਹਾਡਾ ਪਹਿਲਾਂ ਜਦੋਂ ਤੁਸੀਂ ਮੰਨ ਲਓ ਵੀ ਜਦੋਂ ਚਲੋ ਤੁਹਾਨੂੰ ਸੁਰਤ ਆਈ ਵੀ ਮੰਨ ਲਓ 10 ਸਾਲ ਦੇ ਜਵਾਕ ਨੂੰ ਮੈਨੂੰ ਲੱਗਦਾ ਸੁਰਤ ਜੀ ਆਈ ਹਾਂਜੀ ਹਾਂਜੀ ਵੀ ਜਦੋਂ ਤੁਹਾਨੂੰ ਪਹਿਲਾਂ ਪਤਾ ਲੱਗਣ ਲੱਗਿਆ ਵੀ ਮੇਰੇ ਮੋਮ ਡੈਡ ਵੀ ਕਲਾਕਾਰ ਬੇਸਿਕਲੀ ਯੂ ਨੋ ਵਾਟ ਆਈ ਸੇ ਯਾ ਨੋ ਬ੍ਰੋ ਲਾਈਕ ਕਲਾ ਵੀ ਮੈਂ ਕਲਾਕਾਰਾਂ ਦੀ ਫੈਮਿਲੀ ਚ ਉਹ ਫੀਲਿੰਗ ਕਿਦਾਂ ਦੀ ਸੀ ਕੁਝ ਚੇਤੇ ਆ ਮਾੜਾ ਮਾੜਾ ਵੀ ਫਿਰ ਜਦੋਂ ਤੁਸੀਂ ਸੋਚਿਆ ਵੀ ਮੈਂ ਸਾਜ਼ ਵਜਾਉਣੇ ਸਿੱਖੂਗਾ ਕਿ ਉਹ ਤੋਂ ਵੀ ਪਹਿਲਾਂ ਸੀ 10 ਸਾਲ ਤੋਂ ਤੁਸੀਂ ਲਾ ਲਓ ਕਿ ਜਦੋਂ ਸਾਨੂੰ ਅਹਿਸਾਸ ਜਿਹਾ ਉਦੋਂ ਹੋਣਾ ਸ਼ੁਰੂ ਹੋ ਗਿਆ ਸੀ ਜਦੋਂ ਅਸੀਂ ਇਹ ਚੀਜ਼ ਦੇਖੀ ਕਿ
ਹਰੇਕ ਬੰਦੇ ਨੂੰ ਮੇਰੇ ਮਾਂ ਪਿਓ ਦਾ ਨਾਮ ਪਤਾ, ਹਰੇਕ ਬੰਦੇ ਕੋ ਜਾਈਏ ਉਹ ਸਹੀ ਗੱਲ ਆ, ਬਿਲਕੁਲ ਰਿਸਪੈਕਟ ਪ੍ਰੋ ਰਿਸਪੈਕਟ। ਸਾਨੂੰ ਇਹ ਹੁਣ ਲੱਗ ਗਿਆ ਸੀਗਾ ਜਦੋਂ ਸੁਰਤ ਜੀ ਆਉਂਦੀ ਬੰਦੇ ਨੂੰ, ਯਾਰ ਮੇਰੇ ਪੇਰੈਂਟਸ ਨੂੰ ਇੰਨੇ ਲੋਕ ਜਾਣਦੇ ਕਿਵੇਂ ਆ, ਫਿਰ ਤੁਹਾਨੂੰ ਅਹਿਸਾਸ ਹੁੰਦਾ ਕਿ ਉਹ ਸਿਰਫ ਮੰਮੀ ਪਾਪਾ ਨਹੀਂ ਆ, ਉਹ ਪੂਰੀ ਦੁਨੀਆ ਦੇ ਵਿੱਚ ਉਹਨਾਂ ਨੂੰ ਚਾਹਣ ਵਾਲੇ ਬੈਠੇ ਲੈਜੈਂਡ ਨੇ ਬ੍ਰੋ। ਸਹੀ ਗੱਲ ਹੈ। ਸੋ ਬ੍ਰੋ ਉਦੋਂ ਜਿਹੜੀ ਤੁਸੀਂ ਗੱਲ ਕੀ ਮਿਊਜ਼ਿਕ ਦੀ ਨਾ, ਉਹ ਤਾਂ ਤੁਸੀਂ ਲਾ ਲਓ ਘਰੇ ਮਾਹੌਲ ਹੀ ਇੱਦਾਂ ਦਾ ਸੀਗਾ, ਸਾਡੇ ਖਿਡੌਣੇ ਜਿਹੜੇ ਸੀਗੇ ਖਿਡੌਣੇ ਹੀ ਸਾਡੇ ਸਾਜ ਹੁੰਦੇ ਸੀ, ਕਦੇ ਬਾਜਾ ਫੜ ਲਿਆ, ਕਦੇ ਤਬਲਾ ਫੜ ਲਿਆ, ਕਦੇ ਗਿਟਾਰ ਫੜ ਲਿਆ। ਕੀ ਬਾਤ ਹੈ। ਸੋ ਇੱਕ ਬਲੈਸਿੰਗ ਸੀਗੀ ਉਸ ਪਰਿਵਾਰ 'ਚ ਜੰਮਣਾ, ਐਂਡ ਮੈਨੂੰ ਨਹੀਂ ਲੱਗਦਾ ਬ੍ਰੋ ਕਿ ਜੇ ਮੈਂ ਉੱਦਾਂ ਕਦੇ ਵੀ ਕਿਤੇ ਹੋਰ ਪਰਿਵਾਰ 'ਚ ਜਨਮ ਲਿਆ ਹੁੰਦਾ ਇਸ ਰੂਹ ਨੇ, ਤਾਂ ਸ਼ਾਇਦ ਮਿਊਜ਼ਿਕ ਵੱਲ ਇੰਨਾ ਰੁਝਾਨ ਹੁੰਦਾ, ਕਿਉਂਕਿ ਉਹਨਾਂ ਦੀ ਬਹੁਤ ਵੱਡੀ ਬਲੈਸਿੰਗ ਹੈ। ਵੈਰੀ ਗੁੱਡ। ਅਸੀਂ ਤਾਂ ਬਾਈ ਬੰਟੇ ਹੀ ਖੇਡੇ ਆ ਯਾਰ। ਸੇਮ ਬਾਈ ਸੇਮ। ਦੇਖੋ ਜਿਹੜੇ ਹਿਸਾਬ ਨਾਲ ਬਾਈ ਨੇ ਬੰਟੇ ਖੇਡੇ ਆ ਨਾ, ਸਰਦੂਲ ਜੀ ਨਾਲ ਮੇਰਾ ਡ੍ਰੀਮ ਸੀਗਾ ਇੱਕ ਵਾਰੀ ਮਿਲਣਾ, ਚਲੋ ਮੇਰੀ ਕਿਸਮਤ ਚ ਨਹੀਂ ਸੀ ਲਿਖਿਆ ਹਨਾ, ਚਲੋ ਜੋ ਵੀ ਹੁੰਦਾ ਇਟਸ ਓਕੇ ਹਨਾ, ਹੁਣ ਰੱਬ ਦੀ ਰਜ਼ਾ ਆਪਾਂ ਇਹਨੂੰ ਕੁਛ ਨਹੀਂ ਕਰ ਸਕਦੇ, ਪਰ ਨੂਰੀ ਜੀ ਨੂੰ ਮੈਂ ਮਿਲਿਆ ਮੇਰਾ ਬਹੁਤ ਮਤਲਬ ਵੀ ਹਨਾ ਵੀ ਲਾਈਕ ਵੀ ਸੱਚੀ ਮਨ ਖਿੜਿਆ ਨਹੀਂ ਹੁੰਦਾ ਇੱਕ ਵਾਰੀ ਵੀ ਯਾਰ ਐਂ ਹੁੰਦਾ ਵੀ ਯਾਰ ਸਵਾਦ ਆ ਗਿਆ ਸੌਣ ਲੱਗੇ। ਬ੍ਰੋ ਪਾਪਾ ਤੁਹਾਡੇ ਗਾਣੇ ਜਿੰਨੀ ਦੇਰ ਵੀ ਸੁਣਦੇ ਸੀ ਨਾ ਇੱਕੋ ਵਰਡ ਕਹਿੰਦੇ ਹੁੰਦੇ ਸੀ, ਮੈਂ ਕੋਈ ਇਸ ਕਰਕੇ ਨਹੀਂ ਕਹਿ ਰਿਹਾ ਵੀ ਮੈਂ ਬ੍ਰੋ ਦੇ ਨਾਲ ਬੈਠਾ, ਮੈਂ ਪਹਿਲੀ ਵਾਰ ਵੀ ਜਿੰਨੇ ਸਾਨੂੰ ਬਾਈਆਂ ਨੇ ਮਿਲਾਇਆ ਜਿਨ੍ਹਾਂ ਦੇ ਵਿੱਚ ਸਾਡੇ ਮਿਊਚੁਅਲ ਫਰੈਂਡ ਸੀ, ਮੈਂ ਸਾਰਿਆਂ ਨਾਲ ਗੱਲ ਕੀਤੀ ਆ ਕਿ ਪਾਪਾ ਹਮੇਸ਼ਾ ਇੱਕ ਗੱਲ ਕਹਿੰਦੇ ਹੁੰਦੇ ਸੀ ਤੁਹਾਡਾ ਨਾਮ, ਕਹਿੰਦੇ ਯਾਰ ਉਹਦੇ ਗਾਣਿਆਂ 'ਚ ਨਾ ਅਸਰ, ਉਹ ਜਦੋਂ ਲਿਖਦਾ ਨਾ ਉਹਦੀ ਲਿਖਤ 'ਚ ਅਸਰ ਆ, ਗੱਲ ਦਿਲ ਨੂੰ ਟੱਚ ਕਰਦੀ, ਇੱਕ ਗੱਲ ਦਾ ਮਤਲਬ ਬਣਦਾ। ਐਂਡ ਪਾਪਾ ਚੰਗੇ ਟੈਲੈਂਟ ਨੂੰ ਪ੍ਰਮੋਟ ਕਰਦੇ ਸੀ, ਉਹਨਾਂ ਨੂੰ ਹਮੇਸ਼ਾ ਪੁਸ਼ ਕਰਦੇ ਸੀ, ਔਰ ਇਹੀ ਪਿਆਰ ਆ ਭਾਜੀ ਮਿਊਜ਼ਿਕਲੀ, ਚਾਹੇ ਉਹ ਨਵਾਂ ਹੁੰਦਾ ਚਾਹੇ ਪੁਰਾਣਾ ਹੋਵੇ, ਆਲਵੇਜ਼ ਅਪਰੀਸ਼ੀਏਟ ਵਾਟਸ ਗੁੱਡ ਰਾਈਟ। ਥੈਂਕ ਯੂ ਬਾਈ, ਕੀ ਬਾਤ ਆ ਯਾਰ, ਕੀ ਕਹਿੰਦੇ ਨੇ ਲੋਕੀ, ਲੱਸੀ ਯਾ ਵਧੀਆ ਚੱਲ ਰਿਹਾ ਯਾਰ ਬਾਈ, ਉਹ ਲਵ ਫਰੋਮ ਪਾਕਿਸਤਾਨ ਤੋਂ ਵੀ ਦੇਖ ਰਹੇ ਬੰਦੇ, ਕੀ ਬਾਤ ਆ ਯਾਰ, ਵਾਹ ਕਾਇਬ, ਕੀ ਬਾਤ ਆ ਬਾਈ, ਨਾਈਸ। ਕਹਿੰਦਾ ਬਾਈ ਦੀ ਬੀਕਾਨੇਰੀ ਫੀਮ ਖਾਧੀ ਲੱਗਦੀ, ਹਲ ਤਾਂ ਮੈਂ ਖਾਧੀ ਨਹੀਂ, ਤੈਨੂੰ ਕੀ ਦੱਸਾਂ ਮੈਂ, ਮੈਂ ਵੀ ਜਾਣ ਕੇ ਆਹੀ ਪੜਦਾ ਉਹਨਾਂ ਕਮੈਂਟ ਜਿਹੜੇ ਟਿੱਚ ਜੇ ਵੀ ਡਾਰਲਿੰਗ ਯਾਰ ਤੁਹਾਨੂੰ ਲੱਗਦਾ ਮੈਨੂੰ ਦੀਂਦਾ ਨੀ, ਹੈਂ ਸਾਹ ਦੇਖ ਰਿਹਾ ਆਪਾਂ ਲੋਕੀ ਛੇੜਦੇ ਨੇ ਜਾਣ ਕੇ। ਸਹੀ ਗੱਲ ਹੈ ਭਾਜੀ, ਲਵ ਯੂ ਆ ਜੀ, ਮੌਕਾ ਲੱਗਿਆ ਸੈਟਲ ਆਇਓ, ਪੱਕਾ ਆਵਾਂਗੇ ਬਾਈ ਪੱਕਾ। ਆਏ ਹਾਏ ਨੂਰੀਏ ਨੀ ਲੱਭ ਸਰਦੂਲ ਵਰਗਾ, ਇੰਨਾ ਸੋਚਣਾ ਬਰੀਕ ਨਗਰ। ਇੱਕ ਮੈਂ ਹੋਰ ਗਾਣਾ ਮੇਰਾ ਮੂਹਰੇ ਆ ਰਿਹਾ, ਉਹ 'ਚ ਮੈਂ ਲਿਖਿਆ ਸੀ ਆਰ ਨੇ ਫਸਟ ਸ਼ੋ ਡਿੱਠੀ ਯੂ, ਬਾਜ ਤੇਰੀ ਸੋਹਣੀ ਏ ਸਰੀਲੀ ਨੂਹਰੀ ਵਰਗੀ, ਜਦੋਂ ਲੱਕ ਹਿੱਲਦਾ ਉਦੋਂ ਤਨ ਹੋਰਾ ਲੱਗਦੀ। ਬਾਜ ਤੇਰੀ ਸੋਹਣੀ ਏ ਸਰੀਲੀ ਨੂਰੀ ਵਰਗੀ, ਜਦੋਂ ਲੱਕ ਹਿੱਲਦਾ ਉਦੋਂ ਤਨ ਹੋਰਾ ਲੱਗਦੀ। ਵਧੀਆ ਚੀਜ਼, ਇਹ ਵੀ ਕੋਈ ਨਹੀਂ ਛੱਡਾਂਗੇ। ਮਹਾਰਾਜ ਤੁਸੀਂ ਜੋ ਲਿਖਦੇ ਹੋ ਨਾ, ਨਹੀਂ ਲਵ ਯੂ ਭਾਈ ਹੁੰਦੇ ਕਹਿਣ ਨੂੰ, ਮੈਨੂੰ ਮੇਰੇ ਯਾਰਾਂ ਨੂੰ ਪਤਾ ਜਿਹੜੇ ਇੱਥੇ ਸਕਰੀਨ 'ਚ ਦੇਖ ਰਹੇ ਹੋਣੇ, ਉਹਨਾਂ ਨੂੰ ਪਤਾ 24 ਘੰਟੇ ਰਾਤ ਨੂੰ ਗੇੜੀਆਂ 'ਚ ਕਿਹਦੇ ਗਾਣੇ ਚੱਲਦੇ ਆ। ਬਾਬਾ ਲਿਖਾ ਰਿਹਾ ਹਾਂ, ਹੋਰ ਸਾਨੂੰ ਕੀ ਸਬੂਤ ਦਿਖਾਈਏ, ਆ ਸਾਡਾ ਜਾਂਦੇ ਸਾਰੀ ਸਪੋਟੀਫਾਈ ਖੋਲਦੇ ਸਾਰੀ ਪਹਿਲਾ ਨਾਮ ਕਿਹਦਾ ਹੁੰਦਾ ਉਹ ਦੇਖੋ। ਵੈਰੀ ਗੁੱਡ, ਸਪੋਟੀਫਾਈ 'ਤੇ ਸਾਰੇ ਕਰ ਲਓ ਮੇਰਾ ਵੀਰ, ਸਟ੍ਰੀਮ ਸਟ੍ਰੂਮ ਕਰੋ ਆਪਣੀ, ਫੋਰ ਯੂ ਵੀ 50 ਮਿਲੀਅਨ ਪਲੱਸ ਸਟ੍ਰੀਮਾਂ ਟੱਪ ਗਈ ਬਾਈ ਜੀ, 50 ਮਿਲੀਅਨ ਪਲੱਸ ਸਟ੍ਰੀਮਸ ਆਸ ਟੂ ਸਬ ਇਨ 40 ਡੇਜ਼। ਆਈ ਲਾਈਕ ਦੈਟ, ਕਰਨ ਔਜਲਾ ਨੌਜਲਾ ਬ੍ਰੋ, ਨੰਬਰ 1 ਝੂਠ ਨਹੀਂ ਬੋਲ ਰਿਹਾ ਵੀ ਬੰਦਾ, ਸਹੀ ਗੱਲ ਹੈ, ਸਹੀ ਆ ਬਾਈ, ਸਹੀ ਝੂਠ ਬੋਲਦੇ ਨਹੀਂ, ਦਿਖਾ ਵੀ ਦਿੰਨੇ। ਵੈਰੀ ਗੁੱਡ, ਦਿਖਾਓ ਮਾੜਾ ਆ ਆ ਦੇ ਉਹ ਭਾਈ, ਫੋਕਸ ਨਹੀਂ ਹੋ ਰਿਹਾ, ਆ ਲੈ ਫੋਕਸ ਨਹੀਂ ਹੋ ਰਿਹਾ ਬਾਈ, ਲੈ ਕਮਾਓ, ਦੇਖ ਰਿਹਾ ਕਿ ਸਾਨੂੰ ਅਸੀਂ ਸਕਰੀਨਸ਼ਾਟ ਪਾ ਦਾਂਗੇ ਚੱਕ ਕੇ ਦੇਖੀ। ਕੋਈ ਨੀ ਬਾਈ, ਮੈਂ ਕਹਿਤਾ ਵੀ ਹੈਗਾ ਸੀ ਯਾਰ, ਕਹਿੰਦਾ ਬਾਈ ਵਿਆਹ ਤੇ ਹਲਵਾਈ ਕਿਹੜਾ ਲਾਇਆ ਸੀ ਬਾਈ, ਹਲਵਾਈ ਤਾਂ ਕੀ ਦੱਸੀਏ, ਹਲਵਾਈ ਸੀਗਾ ਬਾਈ, ਦੇਖ ਗਿਆ ਦੇਖ ਗਿਆ, ਬਹੁਤ ਐਫਰਟ ਕੀਤਾ ਬਾਈ, ਬਹੁਤ ਐਫਰਟ ਕੀਤਾ ਯਾਰ। ਆਪਾਂ ਨਾ ਪੋਡਕਾਸਟ ਸ਼ੁਰੂ ਕਰਨੇ ਆ ਯਾਰ, ਕਰ ਦੋ ਯਾਰ, ਡੇਲੀ ਲਾਈਫ 'ਚ ਨਾ ਯਾਰ, ਆਪਾਂ ਵੀ ਲਾਈਕ ਯੂ ਨੋ ਬ੍ਰਿੰਗ ਸੰਬੜੀ ਇਨ ਰਾਈਟ, ਲਾਈਕ ਅਸਲ ਲਾਈਫ ਦੀਆਂ ਗੱਲਾਂ ਜ਼ਿਆਦਾ ਵੀ ਸਿੱਕ ਬ੍ਰੋ, ਕਿਉਂਕਿ ਯਾਰ ਵੀ ਐਂ ਮੋਸਟਲੀ ਨਾ ਯਾਰ ਆਪਣੇ ਨਾ ਬੰਦਿਆਂ ਨੂੰ ਜਿਵੇਂ ਆਰਟਿਸਟ, ਉੱਦਾਂ ਆਪਣੇ ਆਰਟਿਸਟਾਂ ਨੂੰ ਅਸੀਂ ਵੀ ਪਹਿਲਾਂ ਬਹੁਤ ਕੀਤਾ ਵੀ ਇੱਕ ਨਾ ਤੈਨੂੰ ਇੱਕ ਜਿਹੜੀ ਇਮੇਜ ਆ ਉਹ ਕੈਰੀ ਕਰਨੀ ਪੈਂਦੀ ਹੈ ਵੀ ਮੈਂ ਇੱਦਾਂ ਦਾ, ਪਰ ਯਾਰ ਪਹਿਲੇ 6-7 ਮਹੀਨੇ ਸਾਲ ਡੇਢ ਸਾਲ
ਕਰਦਾ ਬੰਦਾ ਪਰ ਤੂੰ ਕਿੰਨਾ ਚਿਰ ਉਹ ਚੀਜ਼ ਨੂੰ ਕੈਰੀ ਕਰੂੰਗਾ ਜਿੱਦਾਂ ਦਾ ਤੂੰ ਅਸਲੀ ਹੈਗਾ ਉਦਾਂ ਦਾ ਦਿਖਾ ਐਗਜੈਕਟਲੀ ਪਰ ਚੱਕਰ ਆਰਟਿਸਟ ਨੂੰ ਜੇ ਤੂੰ ਬਾਹਲਾ ਹੋ ਮੈਂ ਨਾ ਅੱਗੇ ਜਮਾਂ ਲਾਈਵ ਲੂਈਵ ਨਹੀਂ ਸੀ ਜਾਂਦਾ ਹੁੰਦਾ ਵੀ ਬਹੁਤ ਘੱਟ ਲਾਈਵ ਗਾ ਮੈਨੂੰ ਉਹਨਾਂ ਨੇ ਕਹਿ ਦੇਣਾ ਵੀ ਲਾਈਵ ਲੂਈਵ ਹੋ ਸਪੈਸ਼ਲੀ ਸਾਲ ਡੇਢ ਸਾਲ ਪਹਿਲਾਂ ਹੈ ਨਾ ਅਤੇ ਬੀ ਟੀ ਐਫ ਯੂ ਤੋਂ ਪਹਿਲਾਂ ਸਪੈਸ਼ਲੀ ਵੀ ਜਿੰਨੇ ਸਿੰਗਲ ਟਰੈਕ ਆਏ ਕਦੇ ਲਾਈਵ ਨਹੀਂ ਗਿਆ ਹੈਗਾ ਮੈਂ ਕਦੇ ਫੈਨਾਂ ਨੇ ਕਹਿਣਾ ਵੀ ਯਾਰ ਲਾਈਵ ਨਹੀਂ ਆਉਣਾ ਵੀ ਯੇ ਵੋ ਹੈ ਨਾ ਜਿੰਨੇ ਫੈਨ ਫੂਨ ਪੇਜ ਵਾਲੇ ਹੁੰਦੇ ਸੀ ਅਤੇ ਮੈਂ ਕਿਹਾ ਯਾਰ ਵੀ ਯਾਰ ਮੈਨੂੰ ਪਤਾ ਨਹੀਂ ਲੱਗਦਾ ਮੈਂ ਗੱਲ ਕੀ ਕਰਾਂ ਫਿਰ ਮੈਂ ਸੋਚਿਆ ਮੈਂ ਕਿਹਾ ਯਾਰ ਵੀ ਗੱਲ ਕੀ ਕਰਨ ਦੀ ਲੋੜ ਆ ਬਸ ਬਟਨ ਦੱਬੋ ਮਗਜ ਮਾਰਨਾ ਸ਼ੁਰੂ ਵੀ ਆਈ ਆ ਹੈ ਨਾ ਵੀ ਚੱਕਰ ਆਇਆ ਚਲੋ ਯਾਰ ਲੌਂਗ ਸਟੋਰੀ ਸ਼ੋਰਟ ਵੀ ਯਾਰ ਬੰਦੇ ਨੂੰ ਆਪਣੇ ਵਰਗਾ ਹੋਣਾ ਚਾਹੀਦਾ ਅਤੇ ਯਾਰ ਤੁਹਾਨੂੰ ਪਤਾ ਹੋਵੇ ਤਾਂ ਅਸੀਂ ਯਾਰ ਐਂ ਬਬਲੀ ਜਿਹੇ ਮਾਹੌਲ ਦੇ ਖਿੜਖੜੇ ਜਿਹੇ ਬੰਦੇ ਹਾਂ ਯਾਰ ਸਾਨੂੰ ਐਂ ਹੁੰਦਾ ਵੀ ਕੋਈ ਟੈਨਸ਼ਨ ਨਾ ਹੋਵੇ ਯਾਰ ਬਸ ਸਵਾਦ ਆਵੇ ਯਾਰ ਵੀ ਨਜ਼ਾਰੇ ਲਓ ਦਿਨ ਵਧੀਆ ਚੜ੍ਹਿਆ ਬਾਬੀ ਦੀ ਕਿਰਪਾ ਅੱਖ ਖੁੱਲ੍ਹ ਗਈ ਉਹੀ ਬਹੁਤ ਆ ਸਾਡੇ ਲਈ ਜਿੰਨਾ ਕੁ ਕੰਮ ਹਿੱਸੇ ਹੈਗਾ ਉਹ ਕਰੋ ਕਿਸੇ ਦਾ ਮਾੜਾ ਨਾ ਕਰੋ ਕਿ ਨਹੀਂ ਬਸ ਕਿਸੇ ਨੂੰ ਬੋਲਣਾ ਆਪ ਦਾ ਸਵਾਦ ਲਓ ਤੁਹਾਨੂੰ ਵੀ ਸਾਰਿਆਂ ਨੂੰ ਇੱਦਾਂ ਹੀ ਕਰਨਾ ਚਾਹੀਦਾ ਡਾਰਲਿੰਗ ਸਵੇਰੇ ਉੱਠ ਕੇ ਸਵਾਦ ਲਿਆ ਕਰੋ ਬਸ ਬਾਬੇ ਦਾ ਸ਼ੁਕਰ ਕਰਿਆ ਕਰੋ ਵੀ ਅੱਖ ਖੁੱਲ੍ਹ ਗਈ ਬਸ ਰੱਬਾ ਹੁਣ ਦੇਖਣ ਨੂੰ ਹੀ ਬਹੁਤ ਕੁਛ ਮਿਲ ਗਿਆ ਹੋਰ ਕੀ ਚਾਹੀਦਾ ਕਿ ਨਹੀਂ 8000 ਵਿਊਅਰ ਆਪਣੇ ਐਵਰੇਜ ਵੈਸੇ ਗੁੱਡ ਆ ਲਾਸਟ ਟਾਈਮ ਇਟ ਵਾਸ 5000 ਯਾ ਮਾਨ ਜਿਹੜੇ ਤੁਹਾਡੇ ਯਾਰ ਭਰਾ ਨੇ ਉਹਨਾਂ ਨੂੰ ਵੀ ਦੱਸ ਦੋਗਾ ਕਿੱਕ ਤੇ ਮਾਹੌਲ ਬਹੁਤ ਬਣਦਾ ਆ ਜਾਇਆ ਕਰੋ ਜਿਹੜੇ 8225 ਸਾਡੇ ਕੋਲ ਵਿਊਜ਼ ਨੇ ਨਾ 8725 ਜਿਹਦੇ ਵਿੱਚੋਂ 25 ਚੋਂ 5 ਮੇਰੇ ਨੇ ਬਸ ਸਹੀ ਆ ਰਹੀ ਹੈ ਸਿਰਫ 5 ਮੇਰੇ ਨੇ ਨਹੀਂ ਨਹੀਂ ਆਮ ਪ੍ਰੀਟੀ ਸ਼ੋਰ 5 ਤੋਂ ਵੱਧ ਬੰਦੇ ਅਲਾਪਜੀ ਨੂੰ ਦੇਖਣ ਆਏ ਨੇ ਸਰ ਹਮ ਜੋ ਹੈ ਨਾ ਹਮ ਆਪਕੇ ਪਾਸ ਆਏ ਹੈ ਨਹੀਂ ਨਹੀਂ ਹਮ ਤੋਂ ਆਪਕੋ ਦੇਖਣੇ ਆਏ ਹੈ ਨਹੀਂ ਭਾਈ ਲੱਗਦੀ ਗੱਲ ਆ ਲੈ ਬਸ ਦੇਖੋ ਅਸੀਂ ਕੋਈ ਉਹ ਨਹੀਂ ਕਰ ਆਪਣਾ ਅਪਰਾਧ ਤੁਹਾਨੂੰ ਮੈਂ ਦੱਸੀ ਇਹਨਾਂ ਵੈਰੀ ਅੰਡਰਰੇਟਡ ਆਰਟਿਸਟ ਉਹ ਵੀ ਆਏ ਨਹੀਂ ਹੈਗਾ ਵੀ ਅੰਡਰਰੇਟਡ ਇਦਾਂ ਵੀ ਇਹਨੇ ਆਪ ਹੀ ਬਾਈ ਨੇ ਵਾਲੀ ਲਾਈਕ ਹੀ ਡਸਨਟ ਰੀਲੀ ਆਈ ਡੋਨਟ ਥਿੰਕ ਯੂ ਕੇਅਰ ਯੂ نو ਬ੍ਰੋ ਤੁਹਾਨੂੰ ਪਤਾ ਕਿਸ ਬਾਈ ਦਾ ਮਾਹੌਲ ਇਦਾਂ ਦਾ ਰਿਹਾ ਇਹਨੂੰ ਆਏ ਨਹੀਂ ਹੈਗਾ ਵੀ ਯਾਰ ਆਪਣਾ ਆਏ ਬਸ ਹੀ ਇਸ ਮਾਹੌਲ ਦੇ ਨਾਲ ਸਵਾਦ ਚ ਰਹਿ ਕੇ ਕੰਮ ਕਰਨ ਵਾਲੇ ਬੰਦੇ ਆ ਪਰ ਹੁਣ ਬਾਈ ਜੀ ਨੂੰ ਥੋੜੀ ਚਾਬੀ ਮੈਂ ਦਊਂਗਾ ਅੱਛਾ ਕਰਨ ਵਾਲਾ ਸਟਾਈਲ ਇੱਕ ਤਾਂ ਛੱਡੋ ਸੰਧੂ ਜੀ ਦੀ ਤਰਜ਼ ਚ ਭਰਾ ਨੇ ਕਰਨਾ ਹੁੰਦਾ ਹੁਣ ਭਰਾ ਨੇ ਕਿਹਾ ਵੀ ਕਰਨਾ ਮੈਂ ਕਿਹਾ ਕਰ ਦਿੰਨੇ ਆ ਜੀ ਤੁਸੀਂ ਅੱਜ ਆਪਾਂ ਗੈਂਡ ਕਰਨਾ ਮਾਹੌਲ ਬ੍ਰੋ ਆਮ ਡਾਊਨ ਮੈਂ ਤਾਂ ਬਹੁਤ ਐਕਸਾਈਟਡ ਆ ਕਿਉਂਕਿ ਦੇਖੋ ਬ੍ਰੋ ਚੰਗੇ ਬੰਦਿਆਂ ਨਾਲ ਕੰਮ ਕਰਨਾ ਮੇਰਾ ਡ੍ਰੀਮ ਆ ਬਿਲਕੁਲ ਚੰਗੇ ਉਹ ਨੇਚਰ ਦੇ ਔਰ ਚੰਗੇ ਕੰਮ ਦੇ ਔਰ ਚੰਗੇ ਆਪਣੇ ਕ੍ਰਾਫਟ ਦੇ ਬਿਲਕੁਲ ਬਾਈ ਚ ਸਾਡੇ ਭਰਾ ਚ ਤਿੰਨੇ ਗੱਲਾਂ ਨੇ ਇਹਨੇ ਦੇ ਨਾਲ ਕੋਈ ਗੱਲ ਹੀ ਕੋਈ ਨਹੀਂ ਹੈਗੀ ਸੋ ਮੀਨਸ ਬਾਤ ਵਾਸ ਲਵ ਯੂ ਬ੍ਰੋ ਮਾੜਾ ਖੋਲੋ ਤਾਂ ਸਾਜ ਹਾਂ ਸੋਲ ਸਾਜ ਖੋਲੇ ਪਏ ਨੇ ਸੁਰ ਕਰੇ ਪਏ ਨੇ ਦੱਸੋ ਵੀ ਕੀ ਸੁਣਨਾ ਤੁਹਾਡਾ ਮਾੜਾ ਆ ਗਿਟਾਰ ਦੀ ਆਵਾਜ਼ ਆ ਰਹੀ ਹੈ ਕੋਈ ਵੀ ਤੁਹਾਡਾ ਫੇਵਰੇਟ ਗਾਣੇ ਤੋਂ ਸ਼ੁਰੂ ਕਰੋ ਲਓ ਵੀ ਕੋਈ ਵੀ ਤੁਹਾਡਾ ਫੇਵਰੇਟ ਗਾਣਾ ਜਿਹੜਾ ਤੁਹਾਨੂੰ ਲੱਗਦਾ ਵੀ ਮੇਰਾ ਫੇਵਰੇਟ ਦੁਨੀਆ ਜਿਹਨੇ ਅਲਾਪ ਨੂੰ ਪਹਿਲਾਂ ਨਹੀਂ ਸੁਣਿਆ ਗਾਉਂਦੇ ਹੋਏ ਨਾ ਤਾਂ ਉਹ ਰੈਡੀ ਹੋ ਜਾਓ ਹੁਣ ਮਾੜਾ ਘੁੱਟ ਕੇ ਰੱਖਿਓ ਚੱਕਦੀ ਫਿਰ ਸਰ ਕੰਮ ਫਿਰ ਆਪਾਂ ਹਾਂਜੀ ਹਾਂਜੀ ਲਓ ਜੀ ਫਿਰ ਬਾਪੂ ਜੀ ਦੇ ਗਾਣੇ ਤੋਂ ਸ਼ੁਰੂ ਕਰਦੇ ਹਾਂ ਆਪਾਂ ਮੋਸਟ ਫੇਵਰਿਟ ਸੌਂਗ ਜਾ ਅੱਖੋ ਲੈ ਹੋ ਜਾਨੀ ਨਾਲ ਜਸ਼ਨ ਮਨਾ ਲੈ ਗੈਰਾਂ ਦੇ ਬ੍ਰੋ ਹੁਣੀ ਮੈਂ ਕਿਵੇਂ ਸਜਾਵਾਂ ਦੜੀਏ ਜਿਓ ਜੁਲ ਤਿੜ ਗਈ ਵਿੱਚ ਪੈਰਾਂ ਦੇ ਮੇਰੀ ਜਿੰਦ ਗਮਾਂ ਦੀਆਂ ਜੇਲਾਂ ਵਿੱਚ ਬਣ ਕੇ ਦਣ ਕਿਰ ਗਈ ਕੀ ਕਰੀਏ ਕਹਿੰਦੇ ਕੀ ਹੈ ਜੇ ਉਂਝ ਗਿਰਦੀ ਤਾਂ ਚੁੱਕ ਲੈਂਦੇ ਨਜ਼ਰਾਂ ਤੋਂ ਗਿਰ ਗਈ ਕੀ ਕਰੀਏ ਜੇ ਉਂਝ ਗਿਰਦੀ ਤਾਂ ਚੁੱਕ ਲੈਂਦੇ ਨਜ਼ਰਾਂ ਤੋਂ ਗਿਰ ਗਈ ਕੀ ਕਰੀਏ ਓ ਨਜ਼ਰਾਂ ਤੋਂ ਗਿਰ ਗਈ ਕੀ ਕਰੀਏ ਬਹੁਤ ਸੋਹਣੀ ਵਾਰ ਬਹੁਤ ਸੋਹਣੀ ਓਏ ਹੋਏ
कोई शक नहीं तू सोनी है ना तेरा कोई सानी है पर क्यों ताश वांग रस बना दे हत्ता विच घूम दी जानी है Why girl why क्या बात है तेरे में दीवाले हत्ता विच ओ मैं दीवाले हत्ता विच जिंद मेरी किर गई की करिए जे उंज गिरी दी ता चुक लैंदे जे नजर तो गिर गई की करिए जे उंज गिरी दी ता चुक लैंदे तू नजरां तो गिर गई की करिए ओ नजरां तो गिर गई की करिए होए नजरां तो गिर गई की करिए ओ चलो पर यार सची यार क्या मोड़ केड़ किते आ भाई बंदर भक्त भज जंदा साडे वर्ग नूं गाण वाले नहीं सही वीरे तुसी ता फेर मैं ता मैं का कारू नाल गाउणा ए सब ए सारी गल्लां दी अमेजिंग मैं कदी लहर माड़ी चक्कर लगा सी मैं कहा की करिए अल्लाह ने ही सुपर टैलेंटेड एंड यू ऑल नो दिस टू मी मैं बस की करिए ही गया मैं कहा बाकी रहण दे एदा पता नहीं इने किधर नूं खिच लेना $1 मुल पै गया देखो तुसी नहीं नहीं लव यू भाई ਮਗਾ ਕੀ ਪਤਾ ਬਾਈ ਦਾ ਕਿੱਧਰ ਨੂੰ ਖਿੱਚ ਲੈਣਾ ਸੱਚੀ ਯਾਰ ਸਾਡੀ ਟਿਊਨਿੰਗ ਐਡੀ ਆ ਨਾ ਸੁੱਖ ਨਾਲ ਨਜ਼ਰ ਨਾਲ ਕਿਟਾ ਚਾਹ ਆ ਗਿਆ ਨਾ ਬਾਈ ਨੂੰ ਪਤਾ ਲੱਗ ਜਾਣਾ ਤੂੰ ਕਿੱਧਰ ਜਾਣਾ ਵੀਰ ਨੇ ਸਹੀ ਸਹੀ ਗੱਲ ਲੋਕ ਕਹਿੰਦੇ ਉਫ ਕੀਤੀ ਪਈ ਓ ਮਾਈ ਗੋਡ ਉਫ ਉਫ ਜਮਈ ਉਫ ਹੋ ਗਈ ਸਹੀ ਗੱਲ ਆ ਐਂ ਐਕਸਪ੍ਰੈਸ ਕਰਨ ਦੇ ਉਫ ਸਹੀ ਗੱਲ ਜਮਾ ਉਫ ਸੀ ਇੱਕ ਹੋਰ ਉਫ ਕਰਾ ਦਿਓ ਪਲੀਜ਼ ਸਰ ਡਨ ਇੱਕ ਉਫ ਚਾਹੀਦਾ ਕਦੀਆਂ ਪਿਆਰਿਆ ਬਿਸਮਿਲ੍ਲਾਹ ਸਾਡੇ ਸਾਹਮਣੇ ਨਜ਼ਰਾਂ ਮਿਲਾਣ ਕੇ ਬੋ ਹੋ ਯਾਰੀ ਦੋਸਤੀ ਦਾ ਮਜ਼ਾ ਤਦ ਆਉਂਦੇ ਤੂੰ ਸਾਡੇ ਵਾਂਗ ਘਰ ਬਾਰ ਉਜਾੜ ਕੇ ਵੋ ਕੀ ਬਾਤ ਹੈ ਕਿਉਂਕਿ ਸਾਡਿਆਂ ਪਰਾਂ ਤੋਂ ਸਿੱਖੀ ਮਾਈ ਫੇਵਰਿਟ ਕਾਰ ਓਏ ਹੋਏ ਸਾਡਿਆਂ ਪਰਾਂ ਤੋਂ ਸਿੱਖੀ ਉੱਡਣਾ ਬੈਗੀ ਦੂਰ ਕਿਤੇ ਆਲਣਾ ਬਣਾ ਸਿੰਗ ਸਾਡਿਆਂ ਪਰਾਂ ਤੋਂ ਸਿੱਖੀ ਉੱਡਣਾ ਬੈਗੀ ਦੂਰ ਕਿਤੇ ਆਲਣਾ ਬਣਾ ਤੈਨੂੰ ਵੱਡਿਆਂ ਸ਼ਿਕਾਰੀਆਂ ਨੇ ਮੋਲਿਆ ਵੱਡਿਆਂ ਸ਼ਿਕਾਰੀਆਂ ਨੇ ਮੋਲਿਆ ਤੈਨੂੰ ਵੱਡਿਆਂ ਸ਼ਿਕਾਰੀਆਂ ਨੇ ਮੋਲਿਆ ਐਵੇਂ ਮੋਤੀਆਂ ਦੀ ਚੋਗ ਚੁਗਾ ਸਾਡਿਆਂ ਪਰਾਂ ਤੋਂ ਸਿੱਖੀ ਉੱਡਣਾ ਬੈਗੀ ਦੂਰ ਕਿਤੇ ਆਲਣਾ ਬਣਾ ਕੇ ਲੰਘਣ ਹਵਾਵਾਂ ਜਦੋਂ ਕੁਲਦੀ ਤਾਂ ਮੈਂ ਕਬੇ ਵਫਾਈ ਦੀਆਂ ਆਉਂਦੀਆਂ ਬੁੱਲਾਂ ਕੋਲੋਂ ਹਾਸੇ ਸਾਡੇ ਰੁੱਸ ਗਏ ਸਾਨੂੰ ਰੰਗੜੀਆਂ ਰੁੱਤਾਂ ਨਹੀਂ ਉਹ ਪਾਉਂਦੀਆਂ ਕਿਉਂ ਕਿਉਂਕਿ ਮਾਣ ਤੋੜ ਗਈਆਂ ਮਾਣ ਮੱਤੀਏ ਮਾਣ ਤੋੜ ਗਈਆਂ ਮਾਣ ਮੱਤੀਏ ਤੂੰ ਸਾਡੀ ਜਿੰਦ ਦਾ ਮਜ਼ਾਕ ਬਣਾ ਕੇ ਸਾਡਿਆਂ ਪਰਾਂ ਤੋਂ ਸਿੱਖੀ ਤਾਹੀ ਦੀ ਨਾਲ ਗਾਉਂਦਾ ਮੈਂ ਅਲੇਨਾ ਬਣਾ ਤੈਨੂੰ ਵੱਡਿਆਂ ਸ਼ਿਕਾਰੀਆਂ ਨੇ ਮੋਲਿਆ ਵੱਡਿਆਂ ਸ਼ਿਕਾਰੀਆਂ ਨੇ ਮੋਲਿਆ ਉਹ ਤੈਨੂੰ ਵੱਡਿਆਂ ਸ਼ਿਕਾਰੀਆਂ ਨੇ ਮੋਲਿਆ ਮੋਤੀਆਂ ਦੀ ਚੋਗ ਚੁਗਾ ਕੇ ਸਾਡਿਆਂ ਪਰਾਂ ਤੂੰ ਸਿੱਖੀ ਉੱਡਣਾ ਬੈਗੀ ਦੂਰ ਕਿਤੇ ਆਲਣਾ ਬਣਾ ਕੇ ਬੈਗੀ ਦੂਰ ਕਿਤੇ ਆਲਣਾ ਬਣਾ ਬਾਈ ਫਾਇਰ ਆ ਫਾਇਰ ਸੱਚੀ ਬਹੁਤ ਫਾਇਰ ਆ ਬਾਈ ਕੀ ਬਾਤ ਹੈ ਯਾਰ ਤਾੜੀਆਂ ਯਾਰ ਆ ਤਾਂ ਸੱਚੀ ਤਾੜੀਆਂ ਬਹੁਤ ਕੈਂਟਾ ਬ੍ਰੋ ਲਵ ਯੂ ਤਾੜੀਆਂ ਯਾਰ ਵੈਰੀ ਗੁੱਡ ਸੌਣਾ ਯਾਰ ਸੌਣ ਲਗੇ ਉਫ ਉਫ ਕਰਾ ਦੀ ਹਾਂ ਯਾਰ ਉਫ ਦੂਜੀ ਰੀ ਉਫ ਹੋ ਗਈ
Falling apart ona falling apart you're going to sing it I was just about to say I'm going to play with you bethiya. Yeah ona ni mere tenu yaar hoon wala yaar hali oh gaana bhulan wala koi par sachi dasso mere muh ni changa lagna it's going to sound way better than his voice kivein hi apna gaana kivein kehda sur siga oh mere vangra yeah that's good c sharp thoda loud ho jaoge yeah mainu ede angu na suneyo mainu mere angu suneyo bilkul ਪਾਵੀ ਬੈਠੀਆਂ ਗਵਾਵੀ ਬੈਠੀਆਂ ਤੂੰ ਤਾਂ ਤੁਰ ਗਿਆ ਮੈਂ ਤਾਂ ਵੀ ਬੈਠੀਆਂ ਉਹਦੇ ਤਰਲੇ ਮੈਂ ਸਾਰੇ ਕਰ ਲਏ ਰੁੱਸ ਵੀ ਲਈ ਮਨਾ ਵੀ ਬੈਠੀਆਂ ਮੇਰੇ ਵਾਂਗਰਾ ਜ਼ਲੀਲ ਨਾ ਹੋਵੇ ਜ਼ਖਮ ਦੇ ਗਿਆ ਵਹੀਲ ਨਾ ਤੇਰੇ ਲਈ ਕੋਟੀਆਂ ਜੇ ਬੁਣਦੀਆਂ ਤਾਂ ਫੇ ਸੂਈ ਚੁਭ ਜੇ ਤੇ ਫੀਲ ਨਾ ਹੋਵੇ ਹਵਾ ਦੇ ਵਰਗਾ ਚਨਾ ਦੇ ਵਰਗਾ ਤੂੰ ਵਗਦਾ ਰਹੇ ਮੈਂ ਰਾਹ ਵੀ ਬੈਠੀਆਂ ਪਾਵੀ ਬੈਠੀਆਂ ਗਵਾ ਵੀ ਬੈਠੀਆਂ ਤੂੰ ਤਾਂ ਤੁਰ ਗਿਆ ਮੈਂ ਤਾਂ ਵੀ ਬੈਠੀਆਂ ਦੇ ਤਰ ਲੈ ਮੈਂ ਸਾਰੇ ਕਰ ਲੈ ਉਸ ਵੀ ਲਈ ਮਨਾ ਵੀ ਬੈਠੀਆਂ ਤੂੰ ਤਾਂ ਹੋ ਗਿਆ ਵੇ ਪਰਾਂ ਤੋਂ ਮੇਰਾ ਤਾਰੀ ਲਾ ਗਿਆ ਮੈਂ ਪਰਾਂ ਤੋਂ ਡਰੇ ਤੇਰੇ ਮੂਰਿਆ ਮੈਂ ਡਾਇਰੀ ਕਰਾਂ ਤੂੰ ਕਿਵੇਂ ਛੱਡਿਆ ਮੈਂ ਸ਼ਾਇਰੀ ਕਰਾਂ ਨਿਭਾ ਕੇ ਫਰਜ਼ਾਂ ਬਣਾਵਾਂ ਫਰਜ਼ਾਂ ਲਿਖ ਵੀ ਲਿਆ ਤੇ ਗਾ ਵੀ ਬੈਠੀਆਂ ਵੀ ਬੈਠੀਆਂ ਗਵਾ ਵੀ ਬੈਠੀਆਂ ਤੂੰ ਤਾਂ ਤੁਰ ਗਿਆ ਵਾਹ ਵਾਹ ਮੇਰਾ ਫੇਵਰਟ ਗਾਣਾ ਬੈਠੀਆਂ ਕਰਨੋਜਲਾ ਤੇਰੇ ਵੇਕੇ ਦੇ ਨਾਲੇ ਟੈਟੂ ਗੁੱਟ ਤੇ ਬਣਾ ਵੀ ਬੈਠੀਆਂ ਕਮਲੀਏ ਪਾਗਲੇ ਤੂੰ ਬਣਾ ਬੈਠੀ ਹੈ ਤੈਨੂੰ ਟੈਟੂ ਕਿਨੇ ਕਿਹਾ ਸੀ ਬਣਾਉਣ ਨੂੰ ਕਿਆ ਬਾਤ ਹੈ ਯਾਰ ਆ ਗਾਣਾ ਸੱਚੀ ਮੇਰਾ ਫੇਵਰਟ ਹੋ ਗਿਆ ਲੋ ਜੋ ਪਹਿਲਾਂ 52 ਬਾਅਦ ਫਿਰ ਇਹ ਹੋ ਗਿਆ ਠੀਕ ਹੀ ਨਹੀਂ ਸੀ ਹਾਂ ਕੈਂਡ ਹੋ ਗਿਆ ਯਾਨਾ ਵੀ ਆਪਣਾ ਫੇਵਰਟ ਹੈ ਮੈਂ ਨਾ ਪਿਕ ਨਹੀਂ ਕਰ ਪਾ ਰਿਹਾ ਕਿਹੜਾ ਫੇਵਰਟ ਮੇਰਾ ਆਲ ਸੰਗਸ ਆਰ ਸੋ ਗੁੱਡ ਕਿਉਂਕਿ ਯਾਨਾ ਦੀ ਹਰੇਕ ਲਾਈਨ ਦੇ ਇੱਕ ਇੱਕ ਦਵਾ ਚਲੋ ਆਪਾਂ ਲਿਖਿਆ ਪਰ ਕਈ ਵਾਰੀ ਐ ਲੱਗਦਾ ਵੀ ਯਾਰ ਕਿਆ ਲਿਖਿਆ ਸਹੀ ਗੱਲ ਮੈਂ ਕਈ ਵਾਰ ਲੱਗਦਾ ਸੋ ਲੱਗੇ ਕਿਆ ਲਿਖਿਆ ਹਲਾ ਯਾਰ ਕਈ ਵਾਰ ਲੱਗਦਾ ਯਾਰ ਕਹਿੰਦਾ ਯਾਰੀ ਜੀ ਗਦਾਰੀ ਨਹੀਂ ਕਦੇ ਨਾ ਸਿਰ ਵੀ ਲਹਾ ਲੈਨੇ ਆ ਕਹਿੰਦਾ ਕਬੂਤਰ ਨਹੀਂ ਡਾਇ ਮੈਂ ਕਦੇ ਨਾ ਘੋੜੇ ਤਾਂ ਭਜਾ ਲੈਨੇ ਆ ਕਹਿੰਦਾ ਹੀ ਆਵੇ ਕਿੱਡੀ ਘੈਂਟ ਗੱਲ ਆ ਯਾਰ ਦੱਸ ਗਰੀਬੀ ਹਜੇ ਗਈ ਨਹੀਂ ਅਮੀਰੀ ਚਾਹੇ ਪਾਲ ਮੇਰੀ ਵਾਲੀ ਲਾਈਨ ਮੇਰੀ ਸਭ ਤੋਂ ਫੇਵਰਟ ਹਾਂ ਗਰੀਬੀ ਉਦਾਂ ਗਈ ਨਹੀਂ ਹਲੇ ਯਾਰ ਅਮੀਰੀ ਤਾਂ ਪਾਲ ਲੈਨੇ ਤੈਨੂੰ ਪਤਾ ਸੀ ਬ్రో ਸਿੱਕ ਲਾਈਨ ਵੈਰੀ ਗੁੱਡ ਯਾਰ ਫੱਟੇ ਚੱਕੇ ਬਈ ਉਦਾਂ ਆਡੋ ਨੇ ਫੀਨੋ ਜਿਹੜੀ ਗਰੀਬੀ ਉਦਾਂ ਗਈ ਨਹੀਂ ਹਲੇ ਮੇਰੀ ਤਾਂ ਵੀ ਪਾਲ ਲੈ ਯੂ نو ਹੋਮ ਬੋਏ ਯਾ ਪ੍ਰੂਫ ਦਾ ਭਰਾ ਹਾਂਜੀ ਹਾਂਜੀ ਸੋ ਉਹਨੇ ਅਸਲ ਮੇ ਲਾਈਨ ਲਿਖੀ ਸੀ ਇੱਕ ਓ ਉਹਨੇ ਲਿਖੀ ਸੀ ਗਰੀਬੀ ਚੋਂ ਆਵਾਂ ਅਮੀਰੀ ਮੈਂ ਪਾਵਾਂ ਓ ਯਾ ਟਰੂ ਜਾਂ ਸੇ ਯਾ ਸੋ ਆਪਾਂ ਗਿਆ ਹੀ ਲੈ ਕੋਈ ਨਹੀਂ ਹੋਂਬੋਏ ਨੂੰ ਮੈਂ ਕਿਹਾ ਡਾਰਲਿੰਗ ਲਿਟਲ ਬੇਟ ਇੱਧਰ ਨੂੰ ਕਰ ਹੋਂ ਨੂੰ ਕਰੋ ਮੇਰਾ ਭਰਾ ਹੋਂਬੋਏ ਕਹਿੰਦਾ ਕੋਈ ਚੱਕਰ ਨਹੀਂ ਕਿਸੀ ਮੈਂ ਹੋਂਬੋਏ ਯੂ نو ਯਾ ਹੀ ਇਜ਼ ਅ ਹੋਂਬੋਏ ਕਿਸਮਾ ਗਾਣਾ ਲਿਖ ਰਿਹਾ ਸੀ ਹਾਂਜੀ ਤੇ ਜਦੋਂ ਮੈਂ ਗਾਰੀ ਲਿਖੀ ਗਿਆ ਯਾਰੀ ਚ ਗਦਾਰੀ ਨਹੀਂ ਕਦੇ ਨਾ ਸਿਰ ਵੀ ਲਹਾ ਲੈਨੇ ਆ ਯਾ ਕਬੂਤਰ ਨਹੀਂ ਡਾਏ ਮੈਂ ਕਦੇ ਯਾ ਘੋੜੇ ਤਾਂ ਭਜਾ ਲੈਨੇ ਆ ਨਾ ਫਿਰ ਉਸ ਤੋਂ ਬਾਅਦ ਆ ਗਿਆ ਕਹਿੰਦਾ ਗਰੀਬੀ ਉਦਾਂ ਗਈ ਨਹੀਂ ਹਲੇ ਆਪਣੇ ਆਪ ਹੀ ਜੁੜ ਗਈ ਮੈਂ ਕਿਹਾ ਯਾਰ ਘੈਂਟ ਲੱਗ ਰਹੀ ਆ ਵੀ ਹੋਮ ਬੋਏ ਨੂੰ ਫੋਨ ਲਾਈ ਵੀ ਮੇਰੀ ਪਾਈ ਕੈਸੀ ਲੱਗਦੀ ਇੱਕ ਲਾਈਨ ਤਾਂ ਦੇ ਦੇ ਯਾਰ ਪਾਈ ਕੈਸੀ ਲੱਗਦੀ ਆ ਮੇਰੀ ਫਿਰ ਇਹ ਗੱਲ ਆ ਬਰੋ ਰੈਪਰੈਜ਼ੈਂਟ ਆਫ ਵਾਈਟ ਬੇਬੀ ਆ ਥੈਂਕ ਯੂ ਸਟੇਕ ਬੇਬੀ ਰੈਪਰੈਜ਼ੈਂਟ ਮੈਨ ਸੌਰੀ ਇਹ ਥੋੜੀ ਆਫ ਵਾਈਟ ਦੋ ਮਹਿੰਗੀ ਆ ਯਾਰ ਬਰੋ ਥੋੜੀ ਜ਼ਿਆਦਾ ਥੋੜੀ ਜ਼ਿਆਦਾ ਨਹੀਂ ਪਰ $1200 $1500 ਮਹਿੰਗੀ ਆ ਹਾਂ ਨਹੀਂ ਸਹੀ ਥੋੜਾ ਹੀ ਫਰਕ ਆ ਚਲੋ ਥੋੜਾ ਹੀ ਫਰਕ ਆ ਨਾਈਸ ਹਾਂ ਬਈ ਹੋਰ ਕੀ ਸੁਣਨਾ ਹੈ ਦੱਸੋ ਕੋਈ ਗੱਲਬਾਤ ਯਾਰ ਤੁਹਾਨੂੰ ਇੱਕ ਹੋਰ ਬੰਦਾ ਮਿਲਾਈਏ ਇਹਨਾਂ ਨੂੰ ਉਹ ਤੋਂ ਵੀ ਗਾਣਾ ਸੁਣਾ ਦੇ ਬ్రో ਮੈਂ ਕਹਿੰਦਾ ਕਰੀਂਦੇ ਬੰਦੇ ਇਕੱਠੇ ਓਕੇ ਪੀਪਲ ਦੈਟ ਨੋ ਦੇ ਨੋ ਬਟ ਪੀਪਲ ਦੈਟ ਡੋਨਟ ਨੋ ਕੌਣ ਆ ਰਿਹਾ ਹੁਣ ਅਲਾਪਾ ਜੀ ਦਾ ਇੱਕ ਭਰਾ ਵੀ ਹੈ ਅੱਛਾ ਜਿਸ ਦਾ ਨਾਮ ਹੈ ਸਾਰੰਗ ਬਿਲਕੁਲ ਮਤਲਬ ਸਾਰੰਗ ਸਾਰੇ ਮਾਪਾ ਨਹੀਂ ਸਾ ਮਤਲਬ ਸਾਰੰਗ ਹਾਂਜੀ ਕਿੱਡਾ ਸੋਹਣਾ ਨਾਮ ਯਾਰ ਬੰਦੇ ਦਾ ਓ ਇਹ ਤਾਂ ਇੱਥੇ ਬੈਠਾ ਓ ਮਾਈ ਗੋਡ ਸਾਰੰਗ ਹੌਲੀ ਹੌਲੀ ਐਂ ਕਿਤੇ ਧਰਤੀ ਚ ਪਾੜਨਾ ਪੈ ਜਾਵੇ ਸਟੂਲ ਵੀ ਨਾਲ ਚੱਕ ਲਿਆ ਆਪਣਾ ਮੇਰਾ ਭਰਾ ਹੋਰ ਵੀ ਗੱਲ
ਆਏ ਨਰਵਸ ਨਹੀਂ ਹੋਣਾ ਜੇ ਮੈਂ ਨਾਰਮਲ ਆ ਜਾ ਇਹ ਬੰਦਾ ਆਪਣਾ ਥੋੜਾ ਜਿਹਾ ਨਰਵਸ ਹੋ ਜਾਂਦਾ ਕੋਈ ਨਹੀਂ ਆ ਜਾਓ ਗੱਬੇ ਦੋਵੇਂ ਭਰਾਵਾਂ ਦੇ ਦਿਸ ਇਜ਼ ਆਪਣਾ ਸਰਦੂਲ ਜੀ ਦਾ ਸਨ ਨੰਬਰ 2 ਤੇ ਮੇਰਾ ਭਰਾ ਨੰਬਰ 2 ਅਜੇ ਦਾ 1 ਇਜ਼ 2 ਓਕੇ ਯੂ 1 ਇਜ਼ 2 ਯੂਰ 1 ਆਈ ਏਮ 2 ਇਜ਼ 3 ਹਾਏ ਹੁਣ ਅਸਲੀ ਗੱਲ ਅਸਲੀ ਹੈ ਦੈਟਸ ਸੋ ਨਾਈਸ ਆਈ ਲਵ ਦਿਸ ਬਿਲਕੁਲ ਓਕੇ ਸਾਰੇ ਜੀ ਥੋੜੀ ਮਾੜੀ ਇੰਟਰੋ ਦੀ ਤੁਸੀਂ ਆ ਰਹੇ ਹੋ ਹਲੇ ਆ ਰਹੇ ਹੋ ਕਿਸ਼ਤੀ 'ਚ ਜਾਂਦੇ ਨੇ ਕਦੇ ਧਰਤੀ ਹਿਲਾ ਦਿੰਦੇ ਆ ਕਿਸ਼ਤੀ 'ਚ ਜਾਂਦੇ ਨਹੀਂ ਕਦੇ ਉਹ ਧਰਤੀ ਹਿਲਾ ਦਿੰਦੇ ਸੋ ਯੂ ਗਾਟ ਮੀ ਦੇ ਬਾਬੇ ਕਿਸ਼ਤੀ ਜਾਂਦੇ ਨੇ ਕਿ ਧਰਤੀ ਹਿਲਾ ਦਿੰਦੇ ਆ ਭੁੱਖ ਜਦੋਂ ਨਾ ਵੀ ਲੱਗੀ ਹੋਵੇ ਉਦੋਂ ਵੀ ਅਸੀਂ ਖਾ ਲੈਂਦੇ ਇਹ ਤਾਂ ਕਾਫੀ ਆ ਜੰਕਸ਼ਨ ਖਾ ਕੇ ਫਿਰ ਪਤਾ ਲੱਗਦਾ ਵੀ ਉਹ ਸ਼ੂਗਰ ਆ ਬਾਈ ਸਾਹ ਲੈਂਦੇ ਆ ਓਕੇ ਡਾਰਲਿੰਗ ਇਟਸ ਜਸਟ ਇੱਕ ਕਹਿੰਦਾ ਬਾਈ ਬੱਚੇ ਕਦੋਂ ਯਾਰ ਤੂੰ ਪਾਗਲ ਹੈ ਯਾਰ ਲੈ ਨੰਬਰ 3 ਯਾਰ ਪਾਗਲ ਹੈ ਯਾਰ ਤੇ ਮਨੇ ਦੇ ਇੱਕ ਅੰਤੇ ਇੱਕ ਹੈ ਇਤੋਂ ਭੜਕਣਾ ਹੈ ਠਿਸ ਆਏਗਾ ਵੀ ਤੈਨੂੰ ਇਹ ਬੱਚੇ ਤੈਨੂੰ ਅਗਲ ਨਹੀਂ ਹੈ ਸਕੂਲ ਚ ਕਦੇ ਕੀ ਕਰਦੇ ਅਸੀਂ ਨੱਕ ਫੜ ਕੇ ਚਪੇੜ ਮਾਰਦੇ ਸਹੀ ਸਹੀ ਗੱਲ ਬੰਦਾ ਦੌਰ ਭਰ ਹੋ ਜੇ ਪਤਾ ਨਾ ਲੱਗੇ ਇਹਨਾਂ ਦਾ ਨੱਕ ਫੜ ਕੇ ਤੇਰੀ ਚੁੰਡੀ ਵੱਡੇ ਤੈਨੂੰ ਪੁੱਛੇ ਵੀ ਡਾਰ ਨਹੀਂ ਇਹ ਕੋਈ ਗੱਲ ਹੈ ਪੁੱਛਣ ਵਾਲੀ ਬੱਚੇ ਕਦੋਂ ਕਰਨੇ ਪਾਗਲ ਨਾ ਹੋਵੇ ਕਿਸੇ ਥਾਂ ਆਪ ਦਾ ਵੱਡਾ ਹੋ ਜਾ ਹਾਂ ਸਹੀ ਗੱਲ ਆ ਯਾਰ ਫਨ ਕਰਦੇ ਯਾਰ ਸਾਰੇ ਤੇ ਬਾਈ ਜੀ ਚਲੋ ਸੌਰੀ ਇੱਧਰ ਬਾਈ ਜੀ ਅਲਮੜਾ ਧਿਆਨ ਦੇ ਧਿਆਨ ਦੇ ਮੇਰੀ ਬਹੁਤ ਤਕਲੀਫ ਹੋ ਗਈ ਸੌਰੀ 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 ਬ੍ਰਦਰ ਔਰ ਚੈਟ ਇਜ਼ ਪਾਪਿੰਗ ਦੈਟਸ ਵਾਸ ਸਮ ਮੈਂ ਆਪ ਦੇਖੀ ਰਾਈਟ ਇਜ਼ ਪਾਪਿੰਗ ਬ੍ਰੋ ਦੈਟਸ ਇਟ ਓਕੇ ਸੋ ਆਪਣੇ ਪਾਜੀ ਵੀ ਉਹਨੇ ਹੀ ਇਜ਼ ਇਕਵਲ ਟੂ ਟੈਲੈਂਟੀ ਆ ਮਤਲਬ ਵੀ ਮਤਲਬ ਕ੍ਰੇਜ਼ੀ ਆ ਹਨਾ ਵੀ ਮਤਲਬ ਹਾਂ ਯਾਰ ਵੈਸੇ ਵੀ ਮਤਲਬ ਕਹਿਣ ਦਾ ਆ ਵੀ ਇਹਨਾਂ 'ਚ ਇਹਨਾਂ ਦਾ ਆਪਦਾ ਟੈਲੈਂਟ ਆ ਇਹਨਾਂ 'ਚ ਇਹਨਾਂ ਦਾ ਆਪਦੇ ਹਿਸਾਬ ਦਾ ਟੈਲੈਂਟ ਥੈਂਕ ਯੂ ਆਪਾਂ ਸ਼ੁਰੂ ਇੱਥੋਂ ਕਰਾਂਗੇ ਵੀ ਜਿਨ੍ਹਾਂ ਨੇ ਕਦੇ ਸਾਰੰਗ ਭਾਜੀ ਨੂੰ ਨਹੀਂ ਸੁਣਿਆ ਗਾਉਂਦੇ ਨੂੰ ਤੁਸੀਂ ਮਾੜਾ ਜਿਹਾ ਇੱਧਰ ਤਾਂ ਸੁਣ ਲਿਆ ਇੱਧਰ ਵੀ ਮਾੜਾ ਹਿਸਾਬ ਲਾਇਓ ਤੁਹਾਨੂੰ ਦੱਸੀਆਂ ਨਾ ਇੱਧਰ ਵੀ ਮਾੜੇ ਜਿਹੀ ਘੁੱਟਗੇ ਰੱਖਿਓ ਇਹ ਬੰਦੇ ਬਾਬੇ ਐਂ ਨਹੀਂ ਵੀ ਊਂ ਹੀ ਅੱਜ ਜਾ ਕੇ ਤਿੰਨ ਜਾਣੇ ਕੱਢ ਹੀ ਬੰਦੇ ਤੁਸੀਂ ਦੱਸੋ ਮਾੜੀ ਜਿਹੀ ਇੱਧਰ ਕੋਡ ਕੂਡ ਮੈਂ ਗੱਪੇ ਦੱਸਦੇ ਮਹਾਰਾਜ ਦੱਸੋ ਬਾਈ ਜੀ ਹੁਣ ਕੀ ਗਾਉਂਗੇ ਸਿਕੰਦਰ ਸਾਹਿਬ ਕਿੱਦਾਂ ਸੁਣਨਾ ਚਾਹੇਗੇ ਆਪ ਮੈਨੂੰ ਤੁਸੀਂ ਆਪ ਦਾ ਫੇਵਰਿਟ ਗਾਣਾ ਸੁਣਾਓ ਯਾਰ ਜਿਹੜਾ ਤੁਹਾਨੂੰ ਵਧੀਆ ਜੀ ਮੈਂ ਆਏ ਨਹੀਂ ਪਰ ਹੋਣਾ ਸਰਦੂਲ ਭਾਈ ਦਾ ਚਾਹੀਦਾ ਓਕੇ ਆਬਵੀਅਸਲੀ ਉਹਨਾਂ ਦੇ ਤੋਂ ਇਲਾਵਾ ਤਾਂ ਹਾਂ ਐਗਜ਼ੈਕਟਲੀ ਨਹੀਂ ਲੱਗਦਾ ਕੋਈ ਗਾਣਾ ਤੇ ਤੁਸੀਂ ਉਹ ਸੁਣਾਉਣਾ ਆਪਾਂ ਨੂੰ ਆਮ ਐਕਚੁਅਲੀ ਨਰਵਸ ਆਮ ਜਸਟ curious like how it looks like how do you look if your girl's watching you or yeah, what it's all about that bro ha oh bande nu bhai kudi vi chahidi hach mainu mata ne keh ke bhejya aho mainu mata ne keh yaar tu pagal hai bro keh do hun bhai ji banda chhada yaar main chhade change ha bhra mera veer bhai da yaar vyah karona hai yaar bhai lagda hai hun mera ho gaya yaar hun main inna nu vi aa jada sade sab to inna da vi kam karona hun ਮੈਂ ਇੱਕ ਲਾਈਨ ਲਿਖੀ ਸੀ ਇੱਕ ਗਾਣੇ ਦੀ ਆਪਦੇ ਲਾਈਕ ਇਟਸ ਕਪ ਕਮਿੰਗ ਬਟ ਆਪਾਂ ਭਰਾ ਬੈਠੇ ਹਾਂ ਰਾਈਟ ਮੈਂ ਕਿਹਾ ਸੋ ਗਾਇਸ ਇਹ ਸੀਗਾ ਆਪਣਾ ਕਰਨ ਬਾਈ ਦਾ ਲਾਈਵ ਪਾਰਟ 1 ਅਗਰ ਵਧੀਆ ਲੱਗੇ ਤਾਂ ਮੈਨੂੰ ਕਮੈਂਟ ਕਰਨਾ ਸਬਸਕ੍ਰਾਈਬ ਕਰਨਾ ਚੈਨਲ ਤੇ ਮੈਨੂੰ ਦੱਸਣਾ ਕਿਵੇਂ ਦਾ ਲੱਗਿਆ ਲਾਈਕ ਜ਼ਰੂਰ ਕਰਨਾ ਵੀਡੀਓ ਨੂੰ ਆਪਾਂ ਪਾਰਟ 2 ਵੀ ਪਾਵਾਂਗੇ ਜੇ ਤੁਹਾਨੂੰ ਇਹ ਵਧੀਆ ਲੱਗਿਆ ਤਾਂ ਰਿਐਕਸ਼ਨ ਕਰ ਦਿੰਦੇ ਕਿਉਂਕਿ ਹੁਣੇ ਮੈਂ ਰਿਐਕਸ਼ਨ ਕਰ ਰਿਹਾ 12 ਵੱਜ ਚੁੱਕੇ ਨੇ ਇੰਡੀਆ ਦੇ ਸੋ ਮਿਲਦੇ ਹਾਂ ਨੈਕਸਟ ਪਾਰਟ ਦੇ ਵਿੱਚ ਥੈਂਕ ਯੂ ਸੋ ਮਚ ਫੋਰ ਵਾਚਿੰਗ ਅਗਰ ਤੁਸੀਂ ਦੇਖਿਆ ਤਾਂ ਬਹੁਤ ਵਧੀਆ ਚੈਨਲ ਸਬਸਕ੍ਰਾਈਬ ਕਰਨਾ ਵੀਡੀਓ ਲਾਈਕ ਕਰ ਦੇਣਾ ਆਪਾਂ ਮਿਲਦੇ ਹਾਂ ਠੀਕ ਹੈ ਨੈਕਸਟ ਪਾਰਟ 'ਚ